ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਦੇ ਵਸਨੀਕ ਰਸ਼ੀਦ ਰਿਆਜ਼ੀ ਦੇ ਹੋਣਹਾਰ ਸਪੁੱਤਰ ਅਨੂ ਐਗਜ਼ੇਵੀਅਰ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਇੱਕ ਗੀਤ ਦੀ ਰਚਨਾ ਕੀਤੀ ਗਈ ਮੇਰੀ ਅੰਮੀ, ਜਿਸ ਨੂੰ ਸੇਂਟ ਜੇਮਸ ਕੈਥੋਲਿਕ ਚਰਚ ਦੇ ਫਾਦਰ ਬੈਟਸਨ ਜੋਏ ਵੱਲੋਂ ਕੁਝ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਇਹ ਗੀਤ ਲੋਕਾਂ ਦੇ ਰੂਬਰੂ ਕੀਤਾ। ਇਸ ਮੌਕੇ ਤੇ ਪੰਜਾਬ ਕ੍ਰਿਸਚਨ ਮੂਵਮੈਂਟ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ ਨੇ ਵੀ ਵਿਸ਼ੇਸ਼ ਤੌਰ ਤੇ ਟੀਮ ਨੂੰ ਮੁਬਾਰਕਬਾਦ ਦਿੱਤੀ। ਪੇਸ਼ ਹੈ ਇਸ ਦੀ ਖਾਸ ਰਿਪੋਰਟ। ਅਸੀਂ ਖੜੇ ਆ ਸੇਂਟ ਜੇਮਸ ਕੈਥੋਲਿਕ ਚਰਚ ਮਲਸੀਆਂ ਰੋਡ ਸ਼ਾਹਕੋਟ, ਅਤੇ ਅੱਜ ਇੱਥੇ ਇੱਕ ਗਾਣੇ ਦੀ ਜਿਹੜੀ ਆ ਓਪਨਿੰਗ ਹੋ ਰਹੀ ਆ। ਕਹਿੰਦੇ ਨੇ ਵੀ ਮਾਵਾਂ ਜਿਹੜੀਆਂ ਹੁੰਦੀਆਂ ਨਾ ਉਹ ਠੰਡੀਆਂ ਛਾਵਾਂ ਹੁੰਦੀਆਂ ਨੇ, ਅਤੇ ਮਾਵਾਂ ਤੋਂ ਬਗੈਰ ਜਿਹੜਾ ਨਾ ਘਰ ਵੀ ਸੁੰਨਾ ਅਤੇ ਸੰਸਾਰ ਵੀ ਸੁੰਨਾ। ਅਤੇ ਜਿਹਦੀ ਮਾਂ ਜਿਹਨੂੰ ਛੱਡ ਕੇ ਚਲ ਜਾਂਦੀ ਹੈ ਨਾ, ਅਤੇ ਉਹਨੂੰ ਉਹਦੇ ਵਿਛੋੜੇ ਦਾ ਪਤਾ ਲੱਗਦਾ, ਅਤੇ ਜਿੰਨੀ ਦੇਰ ਮਾਂ ਆਪਣੇ ਕੋਲ ਹੁੰਦੀ ਆ ਉੰਨੀ ਦੇਰ ਤੱਕ ਨਾ ਉਹਦੇ ਪਿਆਰ ਦਾ, ਨਾ ਉਹਦੇ ਸਤਿਕਾਰ ਦਾ, ਨਾ ਉਹਦੇ ਸਨੇਹ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਸਾਡੇ ਨਾਲ ਜਿਹੜੇ ਜਿਨ੍ਹਾਂ ਨੇ ਗੀਤ ਲਿਖਿਆ ਵਾ, ਅਨੂ ਜੇਵੀਅਰ ਆ ਗਾਇਕਾਰ ਜਿਨ੍ਹਾਂ ਨੇ ਲਿਖਿਆ ਵਾ ਗੀਤ ਮੇਰੀ ਅੰਮੀ, ਉਹਨਾਂ ਨੇ ਲਿਖਿਆ ਆਪਣੀ ਮਾਂ ਦੀ ਯਾਦ ਵਿੱਚ। ਬੜੇ ਹੀ ਪਿਆਰੇ ਸ਼ਬਦ ਨੇ ਇਸ ਗੀਤ ਦੇ, ਅਤੇ ਅੱਜ ਉਹਨਾਂ ਦੀ ਜਿਹੜੀ ਓਪਨਿੰਗ ਇੱਥੋਂ ਹੋਣ ਜਾ ਰਹੀ ਆ, ਜਿਨ੍ਹਾਂ ਦੀ ਓਪਨਿੰਗ ਕਰ ਰਹੇ ਨੇ ਫਾਦਰ ਬੈਟਸਨ ਜੋਏ ਆ, ਜਿਹੜੇ ਕਿ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਅਤੇ ਜਿਹੜੇ ਸਾਡੇ ਗੀਤਕਾਰ ਆ ਜਿਨ੍ਹਾਂ ਨੇ ਗੀਤ ਲਿਖਿਆ ਆਪਣੀ ਮਾਂ ਦੀ ਯਾਦ ਵਿੱਚ, ਅਤੇ ਉਹਨਾਂ ਨਾਲ ਵੀ ਦੋ ਸ਼ਬਦ ਅਸੀਂ ਸਾਂਝੇ ਕਰਾਂਗੇ, ਅਤੇ ਉਹਨਾਂ ਨੂੰ ਇਹ ਜਿਹੜੀ ਗੀਤ ਦੀ ਪ੍ਰੇਰਣਾ ਕਿੱਥੋਂ ਮਿਲੀ ਅਤੇ ਕਿੱਦਾਂ ਉਹਨਾਂ ਨੂੰ ਆਪਣੀ ਮਾਂ ਦੀ ਯਾਦ ਵਿੱਚ ਗੀਤ ਲਿਖਿਆ। ਅਤੇ ਅਸੀਂ ਗੱਲ ਕਰਦੇ ਹਾਂ ਗੀਤਕਾਰ ਜਿਹੜੇ ਨੇ ਅਨੂ ਜੀ, ਉਹਨਾਂ ਨਾਲ ਅਸੀਂ ਮੁਖਾਬਤ ਹੁੰਦੇ ਹਾਂ। ਅਨੂ ਜੀ, ਤੁਹਾਨੂੰ ਕਿੱਦਾਂ ਮਤਲਬ ਪ੍ਰੇਰਣਾ ਜਿਹੜੀ ਮਿਲੀ, ਤੁਸੀਂ ਆਪਣੀ ਮਾਂ ਦੀ ਯਾਦ ਵਿੱਚ ਇਹ ਗੀਤ ਲਿਖਿਆ ਬੜਾ ਪਿਆਰਾ, ਅਤੇ ਉਹਦੇ ਬਾਰੇ ਤੁਸੀਂ ਸਾਨੂੰ ਸਾਡੇ ਚੈਨਲ ਨੂੰ ਕੁਝ ਦੱਸੋ। ਸਾਰਿਆਂ ਨੂੰ ਜੀ ਪ੍ਰਣਾਮ ਜੀ। ਠੀਕ ਹੈ ਜੀ, ਅਤੇ ਮੈਨੂੰ ਪ੍ਰੇਰਣਾ ਮਿਲੀ ਹੈ ਕਿ ਜਿੱਦਾਂ ਹੁਣ ਮਾਂ ਦਾ ਪਿਆਰ ਤਾਂ ਮਾਂ ਦਾ ਹੀ ਹੁੰਦਾ, ਉਹਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ। ਠੀਕ ਹੈ ਜੀ, ਅਤੇ ਮੈਨੂੰ ਪ੍ਰੇਰਣਾ ਮਿਲੀ ਘਰ ਦੇ ਵਿੱਚੋਂ, ਮੇਰੇ ਫਾਦਰ ਸਾਹਿਬ ਰਸ਼ੀਦ ਰਿਆਜ਼ੀ ਅਤੇ ਬਾਕੀ ਸਾਡੇ ਗੁਰੂ ਜੀ ਫਾਦਰ ਬੈਟਸਨ ਜੋਏ। ਠੀਕ ਹੈ ਜੀ, ਚਰਚ ਆਉਂਦੇ ਸੀਗੇ, ਮੇਰੇ ਮੰਮੀ ਦਾ ਬਹੁਤ ਪਿਆਰ ਸੀ ਚਰਚ ਨਾਲ, ਰੱਬ ਦੇ ਨਾਲ ਬਹੁਤ ਜੁੜੇ ਹੋਏ ਸੀ, ਅਤੇ ਉਸੇ ਤਰ੍ਹਾਂ ਮੈਂ ਵੀ ਉਹਨਾਂ ਨਾਲ ਬਹੁਤ ਜੁੜਿਆ ਹੋਇਆ ਸੀਗਾ, ਅਤੇ ਬਹੁਤ ਪਿਆਰ ਸੀਗਾ ਉਹਨਾਂ ਨੂੰ। ਗੁਜ਼ਰੇ ਹੋਏ ਨੇ, ਸਾਲ ਹੋ ਗਿਆ, ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਨੂੰ ਕੁਛ ਉਹਨਾਂ ਵਾਸਤੇ ਸਮਰਪਿਤ ਕਰਨਾ ਚਾਹੀਦਾ, ਅਤੇ ਮੈਂ ਆਪਣੇ ਮਦਰ ਵਾਸਤੇ ਕੁਝ ਗਾਣਾ ਡੈਡੀਕੇਟ ਕੀਤਾ, ਉਹਨਾਂ ਨੂੰ ਟ੍ਰਿਬਿਊਟ ਕੀਤਾ ਸ਼ਰਧਾਂਜਲੀ ਦੇ ਤੌਰ 'ਤੇ। ਠੀਕ ਹੈ ਜੀ, ਅਤੇ ਬਹੁਤ ਵਧੀਆ ਹੈਗਾ, ਇਹ ਮੇਰਾ ਆਪਣੀ ਫੀਲਿੰਗਸ ਨਹੀਂ, ਇਹ ਹੈਗਾ ਸਾਰੀਆਂ ਮਾਵਾਂ ਲਈ ਦੁਨੀਆ 'ਤੇ, ਜਿਹੜੇ ਬੱਚੇ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹੈ। ਠੀਕ ਹੈ ਜੀ, ਅਤੇ ਉਹਨਾਂ ਦਾ ਹੈਗਾ ਇਹ ਕਿ ਉਹ ਸੁਣੋ, ਅਤੇ ਇਹਨੂੰ ਬਹੁਤ ਵਧੀਆ ਪਰੋਇਆ ਹੈਗਾ ਇਹਨੂੰ। ਠੀਕ ਹੈ ਜੀ, ਅਤੇ ਬਹੁਤ ਵਧੀਆ ਹੈਗਾ, ਤੁਸੀਂ ਮੈਂ ਇਹੀ ਕਹਿਣਾ ਚਾਹੂੰਗਾ, ਤੁਸੀਂ ਆਪਣੇ ਜ਼ਰੂਰ ਵਿਊ ਕਮੈਂਟਸ ਕਰਿਓ। ਇਹ ਯੂਟਿਊਬ 'ਤੇ ਲਾਂਚ ਹੋਣਾ ਹੈਗਾ, ਕੱਲ੍ਹ ਸ਼ਾਮ ਨੂੰ 6 ਵਜੇ ਆਪਾਂ ਯੂਟਿਊਬ 'ਤੇ ਲਾਂਚ ਕਰ ਦੇਣਾ ਹੈ, ਅਤੇ ਪਲੀਜ਼ ਬਸ ਤੁਹਾਡੀ ਸਪੋਰਟ ਚਾਹੀਦੀ, ਸਾਰਿਆਂ ਦੀ ਤੁਹਾਡਾ ਪਿਆਰ ਚਾਹੀਦਾ। ਇਹ ਸੀ ਸਾਡੇ ਨਾਲ ਗੀਤਕਾਰ ਜਿਨ੍ਹਾਂ ਨੇ ਲਿਖਿਆ ਗੀਤ, ਅਤੇ ਹੁਣ ਅਸੀਂ ਗੱਲ ਕਰਦੇ ਹਾਂ ਫਾਦਰ ਸਾਹਿਬ ਨਾਲ, ਜਿਨ੍ਹਾਂ ਦੇ ਆਸ਼ੀਰਵਾਦ ਨਾਲ, ਜਿਨ੍ਹਾਂ ਦੇ ਪਿਆਰ ਨਾਲ ਇਹਨਾਂ ਨੇ ਗੀਤ ਨੂੰ ਬਣਾਇਆ ਵੀ ਆ, ਅਤੇ ਅੱਜ ਇਹ ਮਤਲਬ ਉਹਨਾਂ ਕੋਲ ਓਪਨਿੰਗ ਵੀ ਕਰਾ ਰਹੇ ਆ, ਅਤੇ ਉਹਨਾਂ ਦੇ ਵੀ ਦੋ ਸ਼ਬਦ ਅਸੀਂ ਸੁਣਦੇ ਹਾਂ। ਹਾਂਜੀ ਫਾਦਰ ਸਾਹਿਬ, ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਤੁਹਾਡੇ ਜਿਹੜੇ ਮਤਲਬ? ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਆਪਣੇ ਅਨੂ ਜ਼ੇਵੀਅਰ ਦਾ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸ਼ਾਇਦ ਪਹਿਲੀ ਵਾਰੀ ਸਟੂਡੀਓ ਦੇ ਵਿੱਚ ਜਾ ਕੇ ਇੱਕ ਵਧੀਆ ਗਾਣਾ ਤਿਆਰ ਕਰਕੇ ਆਪਣੀ ਮਾਂ ਦੀ ਯਾਦਗਾਰੀ ਦੇ ਵਿੱਚ ਤਿਆਰ ਕੀਤੇ ਆ, ਅਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਜਦੋਂ ਇਹਨਾਂ ਨੇ ਇਹ ਗੀਤ ਤਿਆਰ ਕੀਤੇ, ਅਤੇ ਜਦੋਂ ਮੈਂ ਇਹਨਾਂ ਦੇ ਜੋ ਲਿਰਿਕਸ ਸੁਣਿਆ, ਮੈਨੂੰ ਬਹੁਤ ਵਧੀਆ ਲੱਗਾ, ਕਿਉਂਕਿ ਆਪਣੇ ਦਿਲ ਨੂੰ ਛੂਹਦੇ ਆ ਉਹ ਉਹਨਾਂ ਦੇ ਸ਼ਬਦਾਂ ਸਾਰੇ। ਅਤੇ ਅੱਜ ਆਪਣੇ ਜ਼ੇਵੀਅਰ ਜੀ ਬਹੁਤ ਹੀ ਖੁਸ਼ੀ ਦੇ ਨਾਲ ਇਸ ਗਾਣਾ ਤਿਆਰ ਕੀਤੇ ਆਪਣੀ ਮਾਂ ਦੀ ਯਾਦ ਦੇ ਵਿੱਚ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇਹ ਸਿਰਫ ਉਹਨਾਂ ਦੀ ਮਾਂ ਦੀ ਯਾਦਗਿਰੀ ਦੇ ਵਿੱਚ ਨਹੀਂ, ਇਸ ਤੋਂ ਵੱਧ ਕੇ ਇਸ ਦੁਨੀਆ ਦੇ ਸਾਰੇ ਮਾਵਾਂ ਦੇ ਲਈ ਇਹਨਾਂ ਨੇ ਡੈਡੀਕੇਟ ਕੀਤੇ ਆ। ਸੋ ਮੈਂ ਇਹਨਾਂ ਨੂੰ ਹਰ ਤਰ੍ਹਾਂ ਦੇ ਸ਼ੁਭਕਾਮਨਾਵਾਂ ਦਿੰਦਾ, ਨਾਲੋ ਨਾਲ ਮੈਂ ਇਹ ਵਿਸ਼ਵਾਸ ਵੀ ਕਰਦਾ ਕਿ ਆਸ਼ ਵੀ ਰੱਖਦਾ ਕਿ ਅੱਗੇ ਵੀ ਇਹੋ ਜਿਹਾ ਹੋਰ ਵੀ ਗਾਣਾ ਇਹਨਾਂ ਨੇ ਤਿਆਰ ਕਰਨਗੇ, ਅਤੇ ਆਪਣੇ ਇਸ ਦੁਨੀਆ ਨੂੰ, ਦੁਨੀਆ ਦੇ ਵਿੱਚ ਲੋਕਾਂ ਨੂੰ ਹੋਰ ਵੀ ਵਧੀਆ ਲਿਰਿਕਸ ਦੇ ਕੇ, ਜੋ ਵੀ ਲਿਰਿਕਸ ਲਿਖੇ ਆ ਅਤੇ ਜਿੰਨੇ ਵੀ ਮਿਊਜ਼ਿਕ ਦਿੱਤੇ, ਉਹਨਾਂ ਸਾਰਿਆਂ ਦੇ ਨਾਲ ਮਿਲ ਕੇ, ਮਿਊਜ਼ਿਕ ਡਾਇਰੈਕਟਰ ਦੇ ਨਾਲ ਮਿਲ ਕੇ ਹੋਰ ਵੀ ਵਧੀਆ ਗਾਣਾ ਤਿਆਰ ਕਰਕੇ ਅੱਗੇ ਆਉਣਗੇ ਇਸ ਦੁਨੀਆ ਨੂੰ। ਵੱਖ ਵੱਖ ਜਿਹੜੇ ਰਲਮ ਦੇ ਵਿੱਚ ਲੋਕ ਹੈਗੇ ਆ, ਸ਼ਾਇਦ ਸਾਰੇ ਭਰਾਵਾਂ ਦੇ ਲਈ, ਭੈਣਾਂ ਦੇ ਲਈ, ਹੁਣ ਮਾਵਾਂ ਦੇ ਲਈ, ਬਾਪ ਦੇ ਲਈ, ਸਾਰਿਆਂ ਦੇ ਲਈ ਇਹਨਾਂ ਨੇ ਹੋਰ ਵੀ ਗਾਣਾ ਤਿਆਰ ਕਰਨਗੇ, ਅਤੇ ਸਾਡੇ ਸਾਰਿਆਂ ਦੇ ਲਈ ਵਧੀਆ ਗਾਣਾ ਦੇਣਗੇ। ਸੋ ਆਲ ਦ ਬੈਸਟ। ਇਹ ਸੀ ਸਾਡੇ ਨਾਲ ਫਾਦਰ ਬੈਟਸਨ ਜੋਏ ਜੀ, ਜਿਨ੍ਹਾਂ ਨੇ ਬੜੀ ਪਿਆਰ ਨਾਲ ਸਤਿਕਾਰ ਨਾਲ ਸਾਨੂੰ ਦੱਸਿਆ ਵੀ ਮੈਂ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਵਾਂ ਵੀ ਇਹ ਹੋਰ ਵੀ ਬੁਲੰਦੀਆਂ 'ਤੇ ਜਾਣ। ਅਤੇ ਹੁਣ ਅਸੀਂ ਜਿਹੜੇ ਗਾਇਕਾਰ ਆ ਸਾਡੇ ਅਨੂ ਜੀ, ਉਹਨਾਂ ਕੋਲ ਦੋ ਬੋਲ ਅਸੀਂ ਗਾਣੇ ਦੇ ਸੁਣਦੇ ਹਾਂ, ਅਤੇ ਹਾਂਜੀ ਅਨੂ ਜੀ ਦੋ ਬੋਲ ਸਾਡੀ ਚੈਨਲ 'ਤੇ। ਹੁੰਦੀ ਸੀ ਜਦੋਂ ਤੂੰ ਮੇਰੇ
कोल माए मेरी है, हुंदी सी जदों तू मेरे कोल माए मेरी है, लगदी सी जिंदगी हसीन माए मेरी है, हुंदी सी जदों तू माए। ये है साडे नाल जिहड़े कंपोजर भी आ इस गाय गीत दे, ते जिहड़े अनु जी गीतकार आ उन्होंने फादर साहब भी आ, उन्होंने कोई चार शब्द जी सांझे करदे आ अपने चैनल ते। हाँ जी, सब तो पहला तो मैं चैनल वाले का बहुत बहुत धन्यवादी हाँ जिन्होंने बेटे नू बहुत प्रमोट किया है, ते असी मैं ते मेरे मेरे नाल खड़े तरसेम भाजी असी दोनों गुर भाई हैं, ते सानू शुरू तो शौक रहा है, बचपन तो असी कट्ठे रहे हैं गायकी दा, ते हुण वी रिहर्सल जिहड़ी आ चलदी रहिंदी आ। ये गीत नू असी तकरीबन 10 दिन दे विच कंपोज़ किया, ते बड़ी मेहनत कराई बच्चे दी, ते मैं आस करदा वां वे आने वाला जिहड़ा समां आ असी इहनू होर भी सभ्याचारक परिवारक गीत जिहड़े आ इस बच्चे दे राहीं पेश करावांगे, ते खुदा इहनां नू कामयाबी देवे, ते मैं फिर एक बारी चैनल वाले का बहुत बहुत धन्यवादी हाँ। पंजाब दर्पण न्यूज़ लई गौतमपुरी ते मोंटी अरोड़ा दी विशेष रिपोर्ट।